ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਸਿਆਣਿਆਂ ਦਾ ਇੱਕ ਕਥਨ ਹੈ ਕਿ ਚੋਰ ਨੂੰ ਖਾਂਦੇ ਨਾ ਦੇਖੋ, ਚੋਰ ਦੇ ਛਤਰੋਲ ਪੈਂਦੇ ਦੇਖੋ। ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਦੀਆਂ ਭਾਵਨਾ ਨੂੰ ਵਰਗਲਾ ਕੇ ਚਲਾਕ ਲੋਕ ਸੇਵਾ ਦੇ ਨਾਂ 'ਤੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ। ਪਰ ਇੱਕ ਦਿਨ ਅਜਿਹਾ ਵੀ ਆਉਂਦਾ ਜਦੋਂ ਝੂਠ ਦਾ ਭਾਂਡਾ ਫੁੱਟ ਜਾਂਦਾ ਹੈ। ਅਜਿਹਾ ਹੀ ਭਾਣਾ ਕੈਬਰਿਜ ਰੋਡ ਹੰਸਲੋ ਦੇ ਵਸਨੀਕ 47 ਸਾਲਾ ਤਰਲੋਚਨ ਸਿੰਘ ਵਰਾਰ ਵੱਲ ਵਾਪਰਿਆ ਹੈ। ਉਸਨੂੰ ਅਕਸਰ ਵਿੱਚ ਮੈਜਿਸਟ੍ਰੇਟ ਕੋਰਟ ਵੱਲੋਂ ਬੱਚਿਆਂ ਦੀ ਚੈਰਿਟੀ ਦੇ ਨਾਂ ਹੇਠ ਜਾਲੀ ਢੰਗ ਨਾਲ ਪੌਂਡ ਇਕੱਠੇ ਕਰਨ ਦੇ ਦੋਸ਼ 'ਚ 26 ਹਫ਼ਤਿਆਂ ਦੀ ਸਜ਼ਾ ਸੁਣਾਈ ਗਈ ਹੈ। ਗੁਪਤ ਸੂਚਨਾ ਮਿਲਣ ਦੇ ਸੰਬੰਧ ਵਿਭਾਗ ਦੇ ਅਫਸਰਾਂ ਵੱਲੋਂ ਤਰਲੋਚਨ ਸਿੰਘ ਵਰਾਰ ਦਾ 22 ਜੂਨ 2019 ਨੂੰ ਹੰਸਲੋ ਦੇ ਇਲਾਕੇ 'ਚ ਪਿੱਛਾ ਕੀਤਾ ਗਿਆ ਸੀ। ਜਿਸ ਰਾਹੀਂ ਇਹ ਗੱਲ ਸਾਹਮਣੇ ਆਈ ਸੀ ਕਿ ਤਰਲੋਚਨ ਸਿੰਘ ਨੇ ਹੰਸਲੋ ਦੇ ਵੱਖ ਵੱਖ ਲੋਕਾਂ ਤੋਂ ਚੈਰਿਟੀ ਵਾਲੇ ਡੱਬੇ ਵਿੱਚ ਮਾਇਆ ਇਕੱਠੀ ਕੀਤੀ ਸੀ। ਇਸ ਉਪਰੰਤ ਤਰਲੋਚਨ ਸਿੰਘ ਨੂੰ ਜਾਲਸਾਜ਼ੀ ਦੇ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਵੱਲੋਂ ਸੰਬੰਧਿਤ ਚੈਰਿਟੀ ਸੰਸਥਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਪਸ਼ਟ ਰੂਪ ਵਿੱਚ ਕਿਹਾ ਕਿ ਤਰਲੋਚਨ ਸਿੰਘ ਉਹਨਾਂ ਦੀ ਸੰਸਥਾ ਵੱਲੋਂ ਚੈਰਿਟੀ ਵਾਲਾ ਧਨ ਇਕੱਠਾ ਕਰਨ ਲਈ ਕੋਈ ਅਧਿਕਾਰਤਾ ਨਹੀਂ ਹੈ, ਨਾ ਹੀ ਉਹਨਾਂ ਦੀ ਸੰਸਥਾ ਵੱਲੋਂ ਘਰ ਜਾ ਕੇ ਇਸ ਤਰ੍ਹਾਂ ਚੈਰਿਟੀ ਇਕੱਠੀ ਕੀਤੀ ਜਾਂਦੀ ਹੈ। ਦੋ ਦੋਸ਼ਾਂ ਤਹਿਤ ਤਰਲੋਚਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹ ਦੋਸ਼ੀ ਸਾਬਿਤ ਹੋਇਆ।